ਭਾਵੇਂ ਹਕੂਮਤ ਨੇ ਟਿਕਟੋਕ ਬੰਦ ਕੀਤੀ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਸਾਡਾ ਖਿਆਲ ਹੈ ਵੀ ਇਹਦਾ ਕੁਛ ਹੱਲ ਕਰੋ, ਇਹ ਮਹਿੰਗਾਈ ਬਹੁਤ ਕੀਤੀ ਜਾ ਰਿਹਾ ਅਤੇ ਇਹਦਾ ਕੁਛ ਹੱਲ ਇਹਦਾ ਹੋਣਾ ਚਾਹੀਦਾ। ਆਟਾ ਵੀ ਬਹੁਤ ਮਹਿੰਗਾ ਹੋ ਗਿਆ ਅਤੇ ਰੋਟੀ 10 ਰੁਪਏ ਦੀ ਕਰ ਦਿੱਤੀ ਸੀ, ਅਤੇ ਇਹਦਾ ਹੱਲ ਕਰਨਾ ਚਾਹੀਦਾ। ਭਾਅ ਜੀ, ਹਕੂਮਤ ਨੇ ਟਿਕਟੋਕ ਬੰਦ ਕੀਤੀ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਬਹੁਤ ਅੱਛਾ ਕੀਤਾ ਹਕੂਮਤ ਨੇ, ਔਰ ਬਹੁਤ ਪਹਿਲੇ ਕਰ ਲੈਣਾ ਚਾਹੀਦਾ ਸੀ। ਬਹੁਤ ਪਰੇਸ਼ਾਨੀ ਸੀ ਇਸ ਟਿਕਟੋਕ ਦੀ ਵੀ, ਤੋਂ ਲੋਕ ਖਰਬਾਂ ਰੁਪਈਏ ਜਿਹੜੇ ਨਾ ਟਿਕਟੋਕ 'ਤੇ ਉਜਾੜ ਦਿੰਦੇ ਸੀ, ਜਿਸ ਚੀਜ਼ ਦਾ ਜਿਹੜਾ ਨਾ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਹੈਗਾ ਸੀ ਕਿ ਅਸੀਂ ਪੈਸਾ ਕਿੱਥੇ ਲਾ ਰਹੇ ਹਾਂ, ਦੇਖੋ ਅੱਜ ਮਹਿੰਗਾਈ ਕਿੱਥੇ ਹੋ ਗਈ, ਲੋਕ ਟਿਕਟੋਕ ਮਗਰ ਪਏ ਨੇ। ਜਿਹੜਾ ਟਿਕਟੋਕ ਦੀ ਵਜ੍ਹਾ ਤੋਂ ਸਾਰੀ ਮਹਿੰਗਾਈ ਹੋਈ ਹੈ, ਇੰਨਾ ਪੈਸਾ ਅਗਰ ਟਿਕਟੋਕ 'ਤੇ ਜਾਂਦਾ, ਅਗਰ ਫਾਲਤੂ ਹੁੰਦਾ ਤਾਂ ਬੱਚੇ ਮੇਰਾ ਮਤਲਬ ਆਪਣੀ ਸਬਜ਼ੀ ਲੈ ਕੇ ਜਾਵਣ, ਉਹਨੇ 250 ਜਾਂ ਲੋਡ ਕਰਾਉਂਦੇ ਜੇ ਇਹ ਆਪਣੀ ਸਬਜ਼ੀ ਲੈ ਕੇ ਜਾਵਣ, ਆਟਾ ਲੈ ਕੇ ਜਾਵਣ ਜਿਹੜੀ ਸਾਡੀ ਜ਼ਰੂਰਤ ਹੈ, ਚੀਨੀ ਲੈ ਕੇ ਜਾਵਣ, ਚੀਨੀ ਐਵੇਂ ਤਾਂ ਨਹੀਂ 100 ਰੁਪਏ ਕਿਲੋ ਹੋ ਗਈ, ਇਹ ਟਿਕਟੋਕ ਦੀ ਬੇਨਤੀ ਹੋਈ ਹੈ। ਅੱਛਾ ਭਾਅ ਜੀ, ਹਕੂਮਤ ਨੇ ਟਿਕਟੋਕ ਬੰਦ ਕੀਤੀ, ਤੁਹਾਡਾ ਕੀ ਖਿਆਲ ਹੈ? ਸਾਡਾ ਤਾਂ ਖਿਆਲ ਹੈ ਉਹਨੇ ਚੰਗਾ ਹੀ ਕੀਤਾ, ਬੜਾ ਚੰਗਾ ਕੀਤਾ, ਬੇਅਜਾਈ ਤੇ ਫੈਲ ਰਹੀ ਸੀ ਤੇ ਹਕੂਮਤ ਨੇ ਚੰਗਾ ਹੀ ਕੀਤਾ, ਬੰਦ ਕਰਤੀ, ਸਾਡਾ ਤਾਂ ਇਹੀ ਖਿਆਲ। ਭਾਅ ਜੀ, ਤੁਹਾਡਾ ਕੀ ਖਿਆਲ ਹੈ? ਟਿਕਟੋਕ ਬੰਦ ਕੀਤਾ? ਹਾਂਜੀ, ਤੇ ਕੋਈ ਗੱਲ ਨਹੀਂ, ਕਰ ਤਾਂ ਸਗੋਂ ਜਾਂਚ ਛੁੱਟ ਗਈ ਹੈ, ਰੋਜ਼ ਹੀ ਪੈਕੇਜ ਲਾਉਣੇ, ਰੋਜ਼ ਹੀ ਕੋਈ ਨਾ ਕੋਈ ਨਵੇਂ ਨਵੇਂ ਪੰਗੇ, ਇਹ ਸਗੋਂ ਜਾਂਚ ਛੁੱਟ ਗਈ, ਚੰਗਾ ਹੋ ਗਿਆ, ਬਿਹਤਰ ਹੋ ਗਿਆ। ਵੇਖੀ ਵੁੱਕੀ ਰੱਖੀ ਗਾ, ਜੁਟਕਾਂ ਵੇਖਦੇ ਦੁਕਾਨਦਾਰੀ ਨਾਲ ਹੋ ਜਾਂਦੀ ਸੀ, ਬਸ ਬੰਦ ਹੋ ਗਿਆ, ਬੁਰਾ ਹਾਲ ਹਾਲ ਹੋਵੇਗਾ। ਟਿਕਟੋਕ ਬੰਦ ਹੋਣੀ ਚਾਹੀਦੀ ਸੀ ਕਿ ਨਹੀਂ? ਨਹੀਂ, ਚੱਲਣੀ ਚਾਹੀਦੀ ਸੀ। ਮੈਂ ਸੁਣਿਆ ਟਿਕਟੋਕ 'ਤੇ ਬੜਾ ਗੰਦ ਫੈਲਿਆ ਹੋਇਆ ਸੀ, ਉਹ ਜਿਹੜੇ ਗੰਦ ਫੈਲਾਉਣ ਵਾਲੇ ਫਿਰ ਉਹ ਗੰਦ ਫੈਲਾਉਣ ਵਾਲੇ ਨੇ ਨਾ, ਜਿਹੜੇ ਅੱਛੀਆਂ ਬਣਾਉਣ ਵਾਲੇ ਫਿਰ ਅੱਛੇ ਬਣਾ ਲੈਣੇ ਫਿਲਮਾਂ। ਤੁਹਾਡਾ ਖਿਆਲ ਟਿਕਟੋਕ ਬੰਦ ਨਹੀਂ ਹੋਣੀ ਚਾਹੀਦੀ? ਨਹੀਂ ਹੋਣੀ ਚਾਹੀਦੀ। ਭਾਅ ਜੀ, ਟਿਕਟੋਕ ਬੰਦ ਹੋ ਗਈ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਟਿਕਟੋਕ ਬੰਦ ਹੀ ਰਹਿਣੀ ਚਾਹੀਦੀ, ਉਹ ਨਹੀਂ ਦੁਬਾਰਾ ਚੱਲਣੀ ਚਾਹੀਦੀ। ਭਾਅ ਜੀ, ਟਿਕਟੋਕ ਬੰਦ ਹੋ ਗਈ, ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਭਾਅ ਜਾਨ, ਸਾਡੇ ਰਿਕਸ਼ੇ ਬੰਦ ਹੋਏ ਪਏ ਨੇ, ਅਸੀਂ ਕਾਰੋਬਾਰ ਤੋਂ ਬੇਰੁਜ਼ਗਾਰ ਹੋ ਗਏ ਹਾਂ, ਟਿਕਟੋਕ ਨੂੰ ਚਲਾਓ, ਨਹੀਂ ਤਾਂ ਅਸੀਂ ਸਾਡਾ ਕਾਰੋਬਾਰ ਬੰਦ ਹੋ ਗਿਆ। ਠੀਕ ਹੈ, ਸਾਨੂੰ ਸਵਾਰੀਆਂ ਨਹੀਂ ਲੱਭਦੀਆਂ, ਅੱਗੇ ਵਾ ਟਿਕਟੋਕ ਬਣਾਉਣ ਵਾਸਤੇ ਵਾਂ ਵਗ ਜਾਂਦੀ ਹੈ ਸਾਡੇ ਨਾਲ ਸਵਾਰੀਆਂ ਕਰਾ ਕੇ। ਠੀਕ ਹੈ, ਹੁਣ ਸਾਨੂੰ ਬੇਰੁਜ਼ਗਾਰੀ ਹੋਈ ਪਈ ਹੈ, ਟਿਕਟੋਕ ਨੂੰ ਚਲਾਓ, ਓਪਨ ਕਰੋ ਇਹਨੂੰ। ਟਿਕਟੋਕ ਚੱਲਣੀ ਚਾਹੀਦੀ ਹੈ? ਚੱਲਣੀ ਚਾਹੀਦੀ ਹੈ ਜੀ, ਬਿਲਕੁਲ ਚੱਲਣੀ ਚਾਹੀਦੀ ਹੈ, ਪਾਕਿਸਤਾਨ ਦੇ ਵਿੱਚ ਟਿਕਟੋਕ ਚੱਲਣੀ ਚਾਹੀਦੀ ਹੈ। ਟਿਕਟੋਕ ਬੰਦ ਹੋ ਗਈ, ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਮੇਰਾ ਇਸ ਖਿਆਲ ਹੈ, ਬਹੁਤ ਬੁਰਾ ਖਿਆਲ ਹੈ, ਮੈਂ ਉਸ ਤਰ੍ਹਾਂ ਭੰਨ ਦਿਆਂਗਾ, ਆਪਣੇ ਕੈਂਚੀਆਂ ਤੋੜ ਦਿਆਂਗਾ, ਮੈਂ ਲੋਕਾਂ ਦੀਆਂ ਦਾੜੀਆਂ ਮੁੱਛਾਂ ਲਾ ਦਿਆਂਗਾ ਟਿਕਟੋਕ ਨਾ ਚੱਲੀ ਤੇ। ਟਿਕਟੋਕ ਚੱਲਣੀ ਚਾਹੀਦੀ ਹੈ? ਚੱਲਣੀ ਚਾਹੀਦੀ ਹੈ ਬਸ।